ਤੁਹਾਡੇ ਕੋਲੇ ਕੀ ਸਬੂਤ ਹੈ ਕਿ ਧਰਮਸੋਤ ਸਾਹਿਬ ਦੇ ਸਾਈਨ ਨੇ? ਨਹੀਂ ਨਹੀਂ ਨਾ ਮੰਤਰੀ, ਮੰਤਰੀ ਦਿਖਾ ਦੇ ਆਪਣੀਆਂ ਫਾਈਲਾਂ ਲੈ ਕੇ ਆਵੇ ਨਾ, ਚੈੱਕ ਕਰਾਏ। ਆਈਏਐਸ ਆਫੀਸਰ ਨੇ ਇਹ ਜਾਂ ਸਕੈਮ ਬਾਹਰ ਲੈ ਕੇ ਆਉਂਦਾ, ਸ਼ਾਬਾਸ਼ ਦੇਣ ਦੀ ਬਜਾਏ ਉਹਦੇ ਉੱਤੇ ਤੋਹਮਤਾਂ ਲਾਈਆਂ ਜਾਂਦੀਆਂ ਨੇ। ਤੇ ਕੈਪਟਨ ਅਮਰਿੰਦਰ ਸਿੰਘ ਜੀ ਕਿਉਂ ਚੁੱਪਧਾਰੀ ਨੇ? ਉਹ ਦੂਸਰਿਆਂ ਨੂੰ ਕਹਿੰਦੇ ਨੇ ਕਿ ਤੁਸੀਂ ਰਾਜਨੀਤੀ ਨਾ ਕਰੋ, ਤੇ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਬਿਨਾਂ ਦੇਰੀ ਤੋਂ ਇਹਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ। ਪਰਮਿੰਦਰ ਸਿੰਘ ਗਿੱਲ ਦੀ ਤੇ ਸਾਧੂ ਸਿੰਘ ਧਰਮਸਰੋਤ ਦੀ, ਇਹਨਾਂ ਨੇ ਤਿੰਨਾਂ ਨੇ ਮਿਲ ਕੇ ਜਿਹੜੀ ਗਰੀਬ ਵਰਗ ਦੇ ਬੱਚੇ ਨੇ ਉਹਨਾਂ ਬੱਚਿਆਂ ਦੇ ਨਾਲ ਧੋਖਾ ਕਮਾਇਆ। ਲੱਖਾਂ ਹੀ ਬੱਚਿਆਂ ਦਾ ਜਿਹੜਾ ਭਵਿੱਖ ਉਹ ਧੁੰਦਲਾ ਕਰ ਦਿੱਤਾ ਗਿਆ, ਡਰੋਪ ਆਊਟ ਹੋ ਗਏ, ਉਹਨਾਂ ਨੂੰ ਜਿਹੜਾ ਕਾਲਜਾਂ ਦੇ ਵਿੱਚ ਦਾਖਲਾ ਨਹੀਂ ਮਿਲਿਆ। ਇਹ ਸਾਰਾ ਕੁਛ ਦੇ ਲਈ ਜ਼ਿੰਮੇਵਾਰ ਜੇ ਨੇ ਉਹ ਸਾਧੂ ਸਿੰਘ ਜੀ ਧਰਮਸਰੋਤ ਨੇ, ਕਿਉਂਕਿ ਜਿਹੜਾ ਇਹਨਾਂ ਨੇ 39 ਕਰੋੜ ਰੁਪਏ ਦਾ ਘਪਲਾ ਕਰਿਆ ਉਹਦਾ ਤਾਂ ਇਹਨਾਂ ਨੇ ਕੇਂਦਰ ਸਰਕਾਰ ਨੂੰ ਵੀ ਗੁੰਮਰਾਹ ਕੀਤਾ। ਇਹ ਕਹਿੰਦੇ ਨੇ ਕਿ ਸਾਡੇ ਕੋਲ ਤਾਂ ਉਹਦਾ ਕੋਈ ਹਿਸਾਬ ਕਿਤਾਬ ਵੀ ਹੈ ਨਹੀਂ। 500 ਕਰੋੜ ਰੁਪਏ ਦਾ ਘਪਲਾ ਹੁਣ ਤੱਕ ਉਜਾਗਰ ਹੋ ਚੁੱਕਿਆ। ਸਤਿ ਸ਼੍ਰੀ ਅਕਾਲ, ਤੁਸੀਂ ਲੋਕ ਰੰਗ ਚੈਨਲ ਪੰਜਾਬੀ ਦੇਖ ਰਹੇ ਹੋ, ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਪੰਜਾਬ ਦੇ ਵਿੱਚ ਵੱਡੀ ਚਰਚਾ ਹੋ ਰਹੀ ਹੈ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਲੈ ਕੇ। ਸਰਕਾਰ ਦੇ ਵਿੱਚ ਮੰਤਰੀ ਨੇ ਅਤੇ ਦੂਜੇ ਪਾਸੇ ਇਲਜ਼ਾਮ ਲੱਗ ਰਹੇ ਨੇ ਕਰੀਬ 64 ਕਰੋੜ ਰੁਪਏ ਦੇ ਘੁਟਾਲੇ ਦੇ। ਜਿਹੜੀ ਵਜ਼ੀਫਾ ਸਕੀਮ ਕਾਲਜਾਂ ਦੇ ਵਿੱਚ ਵੰਡੀ ਜਾਂਦੀ ਹੈ ਉਹਦੇ ਵਿੱਚ ਧਾਂਦਲੀ ਕਿਵੇਂ ਹੋ ਗਈ? ਸਾਡੇ ਨਾਲ ਨੈਸ਼ਨਲ ਸ਼ਡਿਊਲ ਕਾਸਟ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਮੌਜੂਦ ਨੇ। ਕੈਂਥ ਸਾਹਿਬ, ਕਿੱਦਾਂ ਦੇਖਦੇ ਹੋ ਇਸ ਮਸਲੇ ਨੂੰ? ਤੁਹਾਡਾ ਬਿਆਨ ਵੀ ਅਖਬਾਰਾਂ ਦੇ ਵਿੱਚ ਬੜਾ ਛਪ ਰਿਹਾ। ਕਿਉਂਕਿ ਇਹ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੈਮ ਹੈ ਇਹ ਬਹੁਤ ਹੀ ਗੰਭੀਰ ਹੈ, ਕਿਉਂਕਿ ਇਹਦੇ ਵਿੱਚ ਗਰੀਬ ਵਰਗ ਦੇ ਬੱਚੇ ਨੇ, ਚਾਹੇ ਅਨੁਸੂਚਿਤ ਜਾਤੀ ਵਰਗ ਨਾਲ ਸੰਬੰਧਿਤ ਨੇ, ਚਾਹੇ ਪਛੜੇ ਵਰਗਾਂ ਨਾਲ ਨੇ, ਚਾਹੇ ਧਾਰਮਿਕ ਘੱਟ ਗਿਣਤੀਆਂ ਨਾਲ ਸੰਬੰਧਿਤ ਜਿਹੜੇ ਬੱਚੇ ਨੇ ਉਹਨਾਂ ਦੇ ਲਈ ਸੈਂਟਰ ਸਪੋਂਸਰ ਸਕੀਮ ਹੈ। ਇਸ ਸੈਂਟਰ ਸਪੋਂਸਰ ਸਕੀਮ ਦੇ ਵਿੱਚ ਉਹਨਾਂ ਨੂੰ ਉੱਚ ਸਿੱਖਿਆ ਹਾਸਲ ਕਰਨ ਦੇ ਲਈ ਇਹ ਜਿਹੜੀ ਹੈ ਸਕਾਲਰਸ਼ਿਪ ਦਿੱਤੀ ਜਾਂਦੀ ਹੈ। ਇਸ ਸਕਾਲਰਸ਼ਿਪ ਦੇ ਵਿੱਚ ਪਹਿਲੀਆਂ ਜਿਹੜੀਆਂ ਸਰਕਾਰਾਂ ਦੇ ਦੌਰਾਨ ਵੀ ਜਿਹੜੀ ਹੈ ਵੱਡੇ ਪੱਧਰ 'ਤੇ ਘਪਲੇਬਾਜ਼ੀ ਕੀਤੀ ਗਈ ਹੈ, ਕਿਉਂਕਿ ਕੈਗ ਨੇ ਆਪਣੀ ਰਿਪੋਰਟ ਵੀ ਸਤੰਬਰ 2018 ਦੇ ਵਿੱਚ ਪਾਰਲੀਮੈਂਟ ਦੇ ਵਿੱਚ ਰੱਖੀ। ਉਹਦੇ ਵਿੱਚ ਵੀ ਜਿਹੜੇ ਕਈ ਜਿਹੜੇ ਕਾਲਜਿਸ ਨੇ, ਯੂਨੀਵਰਸਿਟੀ ਨੇ, ਪੋਲੀਟੈਕਨੀਕਲ ਕਾਲਜ ਨੇ, ਉਹਨਾਂ ਦਾ ਨਾਮ ਉਹਦੇ ਵਿੱਚ ਸ਼ਾਮਲ ਸੀ। ਤਾਂ ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਬਣੀ ਔਰ ਚੋਣਾਂ ਦੌਰਾਨ ਵੀ ਉਹਨਾਂ ਨੇ ਇਸ ਗੱਲ ਦਾ ਵਾਅਦਾ ਕੀਤਾ ਸੀ ਕਿ ਜੋ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੈ ਉਹਦੇ ਵਿੱਚ ਜੋ ਵੀ ਬੇਨੀਮੀਆਂ ਕੀਤੀਆਂ ਗਈਆਂ ਅਸੀਂ ਉਹਨਾਂ ਨੂੰ ਦੋਸ਼ੀਆਂ ਨੂੰ ਫੜ ਕੇ ਜੇਲ੍ਹ ਹੀ ਡੱਕਾਂਗੇ ਅਤੇ ਉਹਨਾਂ ਦੇ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਾਂਗੇ। ਇਹਨਾਂ ਨੇ ਉਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਤਾਂ ਕੀ ਕਰਨੀ ਸੀ? ਇਹਨਾਂ ਦੇ ਜਿਹੜੇ ਮੰਤਰੀ ਨੇ ਸਾਧੂ ਸਿੰਘ ਜੀ ਧਰਮਸਰੋਤ, ਸੋਸ਼ਲ ਐਂਡ ਇੰਪਾਵਰਮੈਂਟ ਮਿਨਿਸਟਰੀ ਹੈ ਜਿਨ੍ਹਾਂ ਦੇ ਕੋਲ, ਉਹਨਾਂ ਉਹ ਵੀ ਅੱਜ ਇਸ ਦੇ ਵਿੱਚ ਬੁਰੀ ਤਰ੍ਹਾਂ ਘਿਰੇ ਹੋਏ ਨੇ, ਕਿਉਂਕਿ ਉਹਨਾਂ ਨੇ ਵੀ ਆਪਣੇ ਜਿਹੜੇ ਚਹੇਤੇ ਨੇ, ਪੋਲੀਟੈਕਨੀਕਲ ਕਾਲਜਿਸ ਨੇ, ਚਾਹੇ ਦੂਸਰੇ ਕਾਲਜਿਸ ਨੇ, ਉਹਨਾਂ ਦੇ ਵਿੱਚ ਆਪਣੇ ਚਹੇਤਿਆਂ ਨੂੰ ਵੀ ਇਹਨਾਂ ਨੇ ਕਰੀਬ 64 ਕਰੋੜ ਦੇ ਕਰੀਬ ਜਿਹੜੀ ਹੈ ਉਹ ਅਦਾਇਗੀ ਕੀਤੀ ਗਈ। ਉਸ ਅਦਾਇਗੀ ਦੇ ਵਿੱਚ ਉਹਨਾਂ ਨੂੰ ਦਿੱਤੀ ਗਈ ਜਿਹੜੇ ਪਹਿਲਾਂ ਹੀ ਡਿਫਾਲਟਰ ਸੀਗੇ, ਜਿਨ੍ਹਾਂ ਦੇ ਉੱਤੇ ਪਹਿਲਾਂ ਹੀ ਇਸ ਗੱਲ ਦਾ ਇਲਜ਼ਾਮ ਸੀ ਕਿ ਇਹਨਾਂ ਨੇ ਬੱਚਿਆਂ ਦੇ ਨਾਮ ਦੇ ਉੱਤੇ, ਜਿਹੜੇ ਗਰੀਬ ਵਰਗ ਦੇ ਬੱਚੇ ਨੇ ਉਹਨਾਂ ਦੇ ਨਾਮ ਦੇ ਉੱਤੇ ਲੁੱਟ ਖਸੁੱਟ ਕੀਤੀ ਹੈ, ਉਹਨਾਂ ਦੇ ਵਿੱਚ ਬੇਨੀਮੀਆਂ ਕੈਗ ਨੇ ਪਾਈਆਂ। ਔਰ ਅਮਰਿੰਦਰ ਸਿੰਘ ਦੀ ਸਰਕਾਰ ਨੇ ਕਿਹਾ ਸੀ ਕਿ ਅਸੀਂ ਜਿਹੜਾ ਥਰਡ ਪਾਰਟੀ ਜਿਹੜਾ ਆਡਿਟ ਕਰਾਵਾਂਗੇ, ਥਰਡ ਪਾਰਟੀ ਆਡਿਟ ਦੇ ਵਿੱਚ ਕਰੀਬ 500 ਕਰੋੜ ਰੁਪਏ ਦਾ ਘਪਲਾ ਹੁਣ ਤੱਕ ਉਜਾਗਰ ਹੋ ਚੁੱਕਿਆ, ਲੇਕਿਨ ਇਹਨਾਂ ਨੇ ਉਹਨਾਂ ਤੋਂ ਕੋਈ ਰਿਕਵਰੀ ਨਹੀਂ ਕੀਤੀ, ਨਾ ਹੀ ਉਹਨਾਂ ਦੇ ਖਿਲਾਫ਼ ਕੋਈ ਕਾਨੂੰਨੀ ਕਾਰਵਾਈ ਕੀਤੀ ਹੈ। ਉਲਟਾ ਜਿਹੜੇ ਇਮਾਨਦਾਰ ਆਫੀਸਰ ਨੇ, ਜਿਹੜੇ ਇਸ ਸਾਰੇ ਜਿਹੜੇ ਮਸਲੇ ਨੂੰ ਬੜੇ ਨੇੜੇ ਤੋਂ ਵੇਖ ਰਹੇ ਨੇ, ਔਰ ਉਹਨਾਂ ਦੇ ਖਿਲਾਫ਼ ਇਹਨਾਂ ਨੇ ਇੱਕ ਗਿਣੀ ਮਿੱਥੀ ਸਾਜ਼ਿਸ਼ ਰਚੀ ਹੈ। ਗਿਣੀ ਮਿੱਥੀ ਸਾਜ਼ਿਸ਼ ਤੁਸੀਂ ਗੱਲ ਕਰ ਰਹੇ ਹੋ, ਪਰ ਧਰਮਸੋਤ ਸਾਹਿਬ ਕਹਿੰਦੇ ਕਿ ਅਡੀਸ਼ਨਲ ਚੀਫ ਸੈਕਟਰੀ ਜਿਹੜਾ ਮੇਰੇ ਨਾਲ ਨਿੱਜੀ ਰੰਜਿਸ਼ ਰੱਖਦਾ, ਕੋਈ ਆਪਣੇ ਕਹਿੰਦੇ ਚਹੇਤਿਆਂ ਦੀ ਜਿਹੜੀ ਹੈ ਉਹ ਨਿਯੁਕਤੀ ਚਾਹੁੰਦੇ ਨੇ ਆਪਣੇ ਨਾਲ? ਕਿਉਂਕਿ ਦੇਖੋ ਜਦੋਂ ਸਰਕਾਰ ਹੁੰਦੀ ਹੈ, ਇਹ ਕੈਬਨਿਟ ਮਿਨਿਸਟਰ ਨੇ, ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਨੇ, ਕੋਈ ਆਈਏਐਸ ਆਫੀਸਰ ਕਿਸ ਨਾਲ ਕਿਵੇਂ ਨਿੱਜੀ ਰੰਜਿਸ਼ ਰੱਖ ਸਕਦਾ? ਤੁਸੀਂ ਇਸ ਗੱਲ 'ਤੇ ਦੇਖ ਲਓ ਕਿ ਜਿਹੜਾ ਪਰਮਿੰਦਰ ਸਿੰਘ ਗਿੱਲ ਹੈ, ਡਿਪਟੀ ਡਾਇਰੈਕਟਰ ਸੀ, ਉਹਨੂੰ ਸਸਪੈਂਡ ਕੀਤਾ ਗਿਆ, ਤਾਂ ਮੰਤਰੀ ਨੇ ਇਨਵੋਲਵਮੈਂਟ ਦੇ ਨਾਲ ਉਹਨੂੰ 3 ਦਿਨਾਂ ਦੇ ਵਿੱਚ ਰਜਿਸਟ੍ਰੇਟ ਕਰ ਦਿੱਤਾ ਗਿਆ। ਅਗਰ ਇੰਨੀ ਅਪਰੋਚ ਇਹਨਾਂ ਦੀ ਹੈਗੀ ਹੈ ਕਿ ਜਿਸ ਬੰਦੇ ਦੀ ਸਸਪੈਂਸ਼ਨ ਆਰਡਰ ਹੋ ਜਾਂਦੇ ਆ ਔਰ 3 ਦਿਨਾਂ ਬਾਅਦ ਬਹਾਲ ਹੋ ਜਾਂਦਾ, ਮੰਤਰੀ ਦੇਖੋ ਕਿੰਨਾ ਪਾਵਰਫੁਲ ਹੈ ਕਿ ਮੰਤਰੀ ਜੋ ਸਾਧੂ ਸਿੰਘ ਜੀ ਧਰਮਸਰੋਤ ਨੇ ਜੋ ਇਹ ਕੁਛ ਕਰ ਰਹੇ ਨੇ ਆਪਣੇ ਜਿਹੜੇ ਇਹਨਾਂ ਨੇ ਚਹੇਤਿਆਂ ਨੂੰ ਬੈਨੀਫਿਟ ਦੇਣ ਦੇ ਲਈ, ਆਪ ਜਿਹੜੇ ਉਹਨਾਂ ਦੇ ਨਾਲ ਇਹਨਾਂ ਦੇ ਵੀ ਹੱਥ ਰੰਗੇ ਹੋਏ ਨੇ, ਕਿਉਂਕਿ ਇਸ ਸਕੈਮ ਦੇ ਵਿੱਚ ਜਿਹੜੇ ਬਲਵਿੰਦਰ ਸਿੰਘ ਧਾਲੀਵਾਲ ਨੇ
ਜਿਹੜੇ ਉਸ ਸਮੇਂ ਦੇ ਦੌਰਾਨ ਡਾਇਰੈਕਟਰ ਹੁੰਦੇ ਸੀ, ਅੱਜ ਕੱਲ੍ਹ ਉਹ ਫਗਵਾੜਾ ਤੋਂ ਵਿਧਾਇਕ ਵੀ ਨੇ। ਇਹਨਾਂ ਨੇ ਤਿੰਨੇ ਬੰਦਿਆਂ ਦੀ ਜੁੰਡਲੀ ਸੀ, ਬਲਵਿੰਦਰ ਸਿੰਘ ਧਾਲੀਵਾਲ ਦੀ, ਪਰਮਿੰਦਰ ਸਿੰਘ ਗਿੱਲ ਦੀ ਅਤੇ ਸਾਧੂ ਸਿੰਘ ਧਰਮਸਰੋਤ ਦੀ। ਇਹਨਾਂ ਨੇ ਤਿੰਨਾਂ ਨੇ ਮਿਲ ਕੇ ਜਿਹੜੀ ਗਰੀਬ ਵਰਗ ਦੇ ਬੱਚੇ ਨੇ ਉਹਨਾਂ ਬੱਚਿਆਂ ਦੇ ਨਾਲ ਧੋਖਾ ਕਮਾਇਆ, ਉਹਨਾਂ ਦੇ ਜਿਹੜੇ ਪੈਸੇ ਆ ਉਹਨਾਂ ਨੂੰ ਇਹਨਾਂ ਨੇ ਦੋਨੇ ਹੱਥੀਂ ਲੁੱਟਿਆ, ਔਰ ਲੁੱਟਣ ਤੋਂ ਬਾਅਦ ਉਹਨਾਂ ਦੇ ਜਿਹੜੇ ਅਧਿਕਾਰ ਨੇ ਉਹਨਾਂ ਅਧਿਕਾਰਾਂ ਨੂੰ ਉਹਨਾਂ ਨੂੰ ਪੜ੍ਹਾਈ ਤੋਂ ਵੰਚਿਤ ਕਰ ਦਿੱਤਾ। ਤੁਹਾਨੂੰ ਮੈਂ ਇਸ ਗੱਲ ਨੂੰ ਯਾਦ ਕਰਾਉਣਾ ਕਿ ਪਿਛਲੇ ਸਮੇਂ ਦੌਰਾਨ, ਪਿਛਲੇ 3 ਸਾਲਾਂ ਦੇ ਵਿੱਚ ਲੱਖਾਂ ਹੀ ਬੱਚਿਆਂ ਦਾ ਜਿਹੜਾ ਭਵਿੱਖ ਆ ਉਹ ਧੁੰਦਲਾ ਕਰ ਦਿੱਤਾ ਗਿਆ, ਡਰੋਪ ਆਊਟ ਹੋ ਗਏ, ਉਹਨਾਂ ਨੂੰ ਜਿਹੜਾ ਕਾਲਜਾਂ ਦੇ ਵਿੱਚ ਦਾਖਲਾ ਨਹੀਂ ਮਿਲਿਆ। ਇਹ ਸਾਰਾ ਕੁਛ ਦੇ ਲਈ ਜ਼ਿੰਮੇਵਾਰ ਜੇ ਨੇ ਉਹ ਸਾਧੂ ਸਿੰਘ ਜੀ ਧਰਮਸਰੋਤ ਨੇ। ਇੱਕ ਦੂਜੀ ਗੱਲ ਇਹ ਵੀ ਵੱਡੀ ਸਾਹਮਣੇ ਆਈ ਹੈ ਨਾ ਇਸ ਮਾਮਲੇ ਦੇ ਵਿੱਚ, ਕਿ ਡਾਇਰੈਕਟਰ ਦੇ ਪੱਧਰ ਤੱਕ ਪਹਿਲਾਂ ਹੁੰਦਾ ਸੀ ਕਿ ਜਿਹੜਾ ਸਕੀਮਾਂ ਉਹ ਜਾਰੀ ਕਰਨੀਆਂ, ਹੁਣ ਕਹਿੰਦੇ ਮੰਤਰੀ ਦੇ ਪੱਧਰ 'ਤੇ ਜਿਹੜੇ ਹੇਠਲੇ ਪੱਧਰ 'ਤੇ ਡਾਇਰੈਕਟਰ ਜਿਹੜੇ ਲੱਗੇ ਨੇ ਉਹਨਾਂ ਦੇ ਨਾਲ ਸਹਾਇਕ ਨੇ ਉਹਨਾਂ ਤੱਕ ਪਹੁੰਚ ਗਈ, ਇਹ ਕਿਵੇਂ ਪਹੁੰਚ ਗਈ? ਮੰਤਰੀ ਸਾਹਿਬ ਕਹਿੰਦੇ ਕਿ ਮੈਂ ਤਾਂ ਕਦੇ ਕੋਈ ਸਾਈਨ ਕੀਤੇ ਨਹੀਂ ਕਿਤੇ। ਕਿਉਂਕਿ ਜਿਹੜਾ ਪੈਸਾ ਇਹ ਡਰਾ ਕੀਤਾ ਗਿਆ ਇਹ ਮੰਤਰੀ ਦੀ ਕੰਸੈਂਟ, ਮੰਤਰੀ ਦੇ ਫਾਈਲਾਂ 'ਤੇ ਸਾਈਨ ਨੇ, ਮੰਤਰੀ ਸਾਹਿਬ ਤਾਂ ਕਹਿੰਦੇ ਮੇਰੇ ਸਾਈਨ ਹੀ ਨਹੀਂ, ਜਿਹੜਾ ਮਰਜ਼ੀ ਕਹਿੰਦੇ ਲੈ ਉਹ ਠੋਕ ਦਿਓ ਜਿਹੜਾ ਹੈਗਾ। ਨਹੀਂ ਨਹੀਂ ਨਾ, ਮੰਤਰੀ ਦਿਖਾ ਦੇ ਆਪਣੀਆਂ ਫਾਈਲਾਂ ਲੈ ਕੇ ਆਵੇ ਨਾ, ਚੈੱਕ ਕਰਾਏ। ਕਿਉਂਕਿ ਜਿਹੜਾ ਇਹਨਾਂ ਨੇ 39 ਕਰੋੜ ਰੁਪਏ ਦਾ ਘਪਲਾ ਕਰਿਆ ਉਹਦਾ ਤਾਂ ਇਹਨਾਂ ਨੇ ਕੇਂਦਰ ਸਰਕਾਰ ਨੂੰ ਵੀ ਗੁੰਮਰਾਹ ਕੀਤਾ। ਇਹ ਕਹਿੰਦੇ ਨੇ ਕਿ ਸਾਡੇ ਕੋਲ ਤਾਂ ਉਹਦਾ ਕੋਈ ਹਿਸਾਬ ਕਿਤਾਬ ਵੀ ਹੈ ਨਹੀਂ। 39 ਕਰੋੜ ਰੁਪਏ ਕੋਈ ਛੋਟੀ ਮੋਟੀ ਰਕਮ ਨਹੀਂ ਆ, ਇਹ ਬਹੁਤ ਵੱਡੀ ਰਕਮ ਹੈ। ਤੁਹਾਡੇ ਕੋਲ ਕੀ ਸਬੂਤ ਹੈ ਕਿ ਧਰਮਸੋਤ ਸਾਹਿਬ ਦੇ ਸਾਈਨ ਨੇ ਉੱਥੇ? ਕਿਉਂਕਿ ਇਹਨਾਂ ਦੀ ਫਾਈਲਾਂ ਚੈੱਕ ਕਰ ਲਓ, ਕਿਉਂਕਿ ਜਿਹੜੀ ਉਹਨਾਂ ਨੇ ਉਹਨਾਂ ਚੀਫ ਐਡੀਸ਼ਨਲ ਜਿਹੜੇ ਚੀਫ ਸੈਕਟਰੀ ਨੇ ਕਿਰਪਾ ਸ਼ੰਕਰ ਸਰੋਜ ਨੇ ਉਹਨਾਂ ਨੂੰ ਬਾਈਪਾਸ ਕਰਿਆ, ਬਾਈਪਾਸ ਕਰਕੇ ਡਿਪਟੀ ਡਾਇਰੈਕਟਰ, ਡਾਇਰੈਕਟਰ ਔਰ ਮੰਤਰੀ ਸਿੱਧੇ ਪੈਸਿਆਂ ਦੀ ਅਦਾਇਗੀਆਂ ਕਰ ਰਹੇ ਨੇ, ਜਦੋਂ ਕਿ ਇਹ ਨਹੀਂ ਕਰ ਸਕਦਾ ਮੰਤਰੀ ਆਪ। ਔਰ ਮੰਤਰੀ ਨੇ ਅਜਿਹਾ ਆਪ ਆਪਣਾ ਇੱਕ ਗਰੋਹ ਬਣਾ ਲਿਆ, ਗਰੋਹ ਬਣਾ ਕੇ ਕੰਮ ਕੀਤਾ, ਔਰ ਗਰੀਬ ਬੱਚਿਆਂ ਨੂੰ ਜਿਹੜਾ ਉਹਨਾਂ ਦੇ ਪੈਸਿਆਂ ਨੂੰ ਇਹਨਾਂ ਨੇ ਮਿਸਯੂਜ਼ ਕੀਤਾ, ਔਰ ਆਪਣੇ ਚਹੇਤੇ ਜਿਹੜੇ ਕਾਲਜਿਸ ਨੇ, ਪੋਲੀਟੈਕਨੀਕਲ ਕਾਲਜਿਸ ਨੇ, ਯੂਨੀਵਰਸਿਟੀ ਨੇ, ਉਹਨਾਂ ਨੂੰ ਇਹਨਾਂ ਨੇ ਪੈਸਾ ਰਿਲੀਜ਼ ਕਰਾਇਆ। ਤੁਹਾਡੀ ਗੱਲਬਾਤ ਹੋਈ ਹੋਣੀ ਜਿਹੜੇ ਇਹਨਾਂ ਇਸ ਜਿਨ੍ਹਾਂ ਨੂੰ ਮਤਲਬ ਕਿ ਹੱਕ ਸੀ ਜਿਨ੍ਹਾਂ ਦਾ ਇਸ ਵਜ਼ੀਫਾ ਸਕੀਮ ਉੱਤੇ, ਉਹਨਾਂ ਵਿਦਿਆਰਥੀਆਂ ਨਾਲ ਕੋਈ ਗੱਲਬਾਤ ਹੋਈ, ਉਹਨਾਂ ਦਾ ਕੀ ਕਹਿਣਾ ਇਸ ਮਸਲੇ ਉੱਤੇ? ਕਿਉਂਕਿ ਲੁੱਟ ਤਾਂ ਉਹਨਾਂ ਦੀ ਹੋ ਰਹੀ ਹੈ ਨਾ, ਉਹ ਵਿਚਾਰੇ ਇੱਕ ਤਾਂ ਲੋਕਡਾਊਨ ਕਰਕੇ ਅੱਗੇ ਹੀ ਆਰਥਿਕ ਮਾਰ ਪਰਿਵਾਰਾਂ ਨੂੰ ਝੱਲਣੀ ਪੈ ਰਹੀ ਹੈ, ਕੁਛ ਇਹੋ ਜਿਹੇ ਪਰਿਵਾਰਕ ਪਿਛੋਕੜ ਤੋਂ ਹੁੰਦੇ ਨੇ ਕਿ ਨਹੀਂ ਕਾਲਜਾਂ ਦੀ ਫੀਸ ਭਰ ਸਕਦੇ। ਕਿਉਂਕਿ ਮੇਰੇ ਸੰਪਰਕ ਦੇ ਵਿੱਚ ਬਹੁਤ ਬੱਚੇ ਨੇ ਜਿਨ੍ਹਾਂ ਬੱਚਿਆਂ ਦੇ ਨਾਲ ਇਹ ਧੋਖਾ ਹੋ ਰਿਹਾ, ਕਿਉਂਕਿ ਉਹਨਾਂ ਨੂੰ ਜਿਹੜੇ ਕਾਲਜ ਵਾਲੇ ਨੇ, ਯੂਨੀਵਰਸਿਟੀਆਂ ਵਾਲੇ ਨੇ, ਉਹਨਾਂ ਦੇ ਜਿਹੜੇ ਸਰਟੀਫਿਕੇਟ ਨੇ ਆਪਣੇ ਕੋਲ ਰੱਖ ਜਮ੍ਹਾਂ ਕਰਾ ਲੈਂਦੇ ਨੇ, ਔਰ ਜਮ੍ਹਾਂ ਕਰਾਉਣ ਤੋਂ ਬਾਅਦ ਜਦੋਂ ਉਹਨਾਂ ਦੀ ਫੀਸ ਨਹੀਂ ਆਉਂਦੀ ਤਾਂ ਉਹ ਜਦੋਂ ਡਿਗਰੀ ਵੀ ਕੰਪਲੀਟ ਕਰ ਲੈਂਦੇ ਤਾਂ ਉਹਨਾਂ ਨੂੰ ਉਹਨਾਂ ਦੇ ਜਿਹੜੇ ਸਰਟੀਫਿਕੇਟ ਨੇ ਉਹ ਵਾਪਸ ਨਹੀਂ ਕੀਤੇ ਜਾਂਦੇ। ਉਹ ਕਹਿੰਦੇ ਨੇ ਕਾਲਜਾਂ ਵਾਲੇ ਕਿ ਸਾਨੂੰ ਤੁਸੀਂ ਪੈਸਾ ਦਿਓ, ਜੋ ਰੁਪਿਆ ਆਇਆ, ਕਿਉਂਕਿ ਸੈਂਟਰ ਸਪੋਂਸਰ ਸਕੀਮ ਹੈ, ਸੈਂਟਰ ਨੇ ਪੈਸਾ ਇਹਨਾਂ ਨੂੰ ਦਿੱਤਾ, ਲੇਕਿਨ ਇਹਨਾਂ ਨੇ ਜਿਹੜਾ ਉਸਨੂੰ ਆਪਣੇ ਚਹੇਤਿਆਂ ਨੂੰ ਵੰਡ ਦਿੱਤਾ, ਜਿਨ੍ਹਾਂ ਦੇ ਖਿਲਾਫ ਬੇਨੀਮੀਆਂ ਪਾਈਆਂ ਗਈਆਂ, ਜਿਨ੍ਹਾਂ ਤੋਂ ਰਿਕਵਰੀ ਕਰਨੀ ਸੀ, ਉਲਟਾ ਉਹਨਾਂ ਨੂੰ ਇਹਨਾਂ ਨੇ ਪੈਸਾ ਰਿਲੀਜ਼ ਕਰ ਦਿੱਤਾ। ਇਹ ਇਹਨਾਂ ਦੀ ਇੱਕ ਗਿਣੀ ਮਿੱਥੀ ਜਿਹੜੀ ਸਾਜਿਸ਼ ਹੈ ਕਿ ਜਿਹੜੇ ਗਰੀਬ ਵਰਗ ਦੇ ਬੱਚੇ ਨੇ ਉਹਨਾਂ ਦਾ ਭਵਿੱਖ ਹੈ ਜਿਹੜਾ ਉਹਨੂੰ ਧੁੰਦਲਾ ਕੀਤਾ ਜਾਏ। ਕਿਉਂਕਿ ਇਹਦੇ ਵਿੱਚ ਮੰਤਰੀ ਜਿਹੜੇ ਨੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਸਰਕਾਰ ਦੇ ਕੈਪਟਨ ਸਰਕਾਰ ਦਾ ਜਿਹੜਾ ਕੈਬਨਿਟ ਮੰਤਰੀ ਹੈ ਸਾਧੂ ਸਿੰਘ ਧਰਮਸਰੋਤ, ਉਸ ਨੂੰ ਅੱਜ ਸ਼ਰੇਆਮ ਉਹਦੇ ਖਿਲਾਫ ਐਵੀਡੈਂਸ ਹੈ, ਉਹਦੇ ਖਿਲਾਫ ਸਾਰੇ ਸਬੂਤ ਨੇ, ਤਾਂ ਕੈਪਟਨ ਅਮਰਿੰਦਰ ਸਿੰਘ ਜੀ ਕਿਉਂ ਚੁੱਪਧਾਰੀ ਨੇ? ਉਹ ਦੂਸਰਿਆਂ ਨੂੰ ਕਹਿੰਦੇ ਨੇ ਕਿ ਤੁਸੀਂ ਰਾਜਨੀਤੀ ਨਾ ਕਰੋ, ਤਾਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਬਿਨਾਂ ਦੇਰੀ ਤੋਂ ਇਹਨੂੰ ਬਰਖਾਸਤ ਕਰ ਦੇਣਾ ਚਾਹੀਦਾ, ਔਰ ਕਿਉਂਕਿ ਉਹ ਆਪ ਇਸ ਮਾਮਲੇ 'ਚ ਰਾਜਨੀਤੀ ਨਾ ਕਰਨ, ਕਿਉਂਕਿ ਅੱਜ ਵਿਧਾਨ ਸਭਾ ਦਾ ਸੈਸ਼ਨ ਵੀ ਸੀ, ਸੈਸ਼ਨ ਵੀ ਬੜਾ ਥੋੜ੍ਹਾ ਸੀ। ਅਸੀਂ ਕੱਲ੍ਹ ਵੀ ਇਹ ਗੱਲ ਕਹੀ ਹੈ ਕਿ ਜਿਹੜੇ ਬੰਦੇ ਅਗਰ ਤੁਸੀਂ ਇਮਾਨਦਾਰ ਹੋ ਤਾਂ ਵਿਧਾਨ ਸਭਾ ਦੇ ਵਿੱਚ ਚਰਚਾ ਕਰਾਓ, ਇਹਨਾਂ ਦੀ ਚਰਚਾ ਵਿਧਾਨ ਸਭਾ ਦੇ ਵਿੱਚ ਕਰਾਓ, ਆਪਣੀ ਕੈਬਨਿਟ ਦੇ ਵਿੱਚ ਤੁਸੀਂ ਇਸ ਗੱਲ ਦਾ ਭਰੋਸਾ ਦਵਾਇਆ ਸੀ ਕਿ ਅਸੀਂ ਇਸ ਦੇ ਉੱਤੇ ਕੋਈ ਪੋਲਿਸੀ ਬਣਾ ਰਹੇ ਹਾਂ, ਪੋਲਿਸੀ ਬਣਾ ਕੇ ਜਿਹੜੇ ਗਰੀਬ ਬੱਚੇ ਨੇ ਉਹਨਾਂ ਨੂੰ ਡਰੋਪ ਆਊਟ ਨਾ ਹੋਏ, ਔਰ ਜਿਹੜੇ ਪੜ੍ਹ ਰਹੇ ਬੱਚੇ ਨੇ ਉਹਨਾਂ ਨੂੰ ਵਿੱਦਿਆ ਹਾਸਲ ਕਰਨ ਦੇ ਵਿੱਚ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ। ਕਿਉਂਕਿ ਗਰੀਬ ਵਰਗ ਦੇ ਬੱਚਿਆਂ ਨੂੰ ਕਾਲਜਾਂ ਵਾਲੇ ਵੀ ਜਿਹੜੇ ਨੇ ਉਹ ਬੇਇੱਜ਼ਤ ਕਰਦੇ ਨੇ, ਉਹਨਾਂ ਨੂੰ ਹਿਊਮੀਲੇਟ ਕਰਦੇ ਨੇ, ਉਹਨਾਂ ਦੇ ਨਾਲ ਮਾੜਾ ਵਿਵਹਾਰ ਕਰਦੇ ਨੇ, ਔਰ ਦੂਜਾ ਉਹਨਾਂ ਬੱਚਿਆਂ ਦੇ ਜਿਹੜੇ ਸਰਟੀਫਿਕੇਟ ਜਿਨ੍ਹਾਂ ਨੇ ਡਿਗਰੀਆਂ ਹਾਸਲ ਕਰ ਲਈਆਂ ਉਹਨਾਂ ਦੇ ਸਰਟੀਫਿਕੇਟ ਕਾਲਜਾਂ ਯੂਨੀਵਰਸਿਟੀ ਵਾਲਿਆਂ ਨੇ ਰੱਖੇ ਨੇ। ਆ ਪਿਛਲੇ ਦਿਨ ਜਿਹੜਾ ਹਫ਼ਤਾਵਾਰੀ ਪ੍ਰੋਗਰਾਮ ਸੀ ਕੈਪਟਨ ਅਮਰਿੰਦਰ ਸਿੰਘ ਦਾ ਫੇਸਬੁੱਕ 'ਤੇ ਲਾਈਵ ਸੀ, ਉਹਦੇ ਵਿੱਚ ਕੁਛ ਬੱਚਿਆਂ ਨੇ ਜਿਹੜੇ ਇਹਨਾਂ ਨੂੰ ਕਿਹਾ, ਕਹਿੰਦਾ ਮੈਂ ਅੱਜ ਆਦੇਸ਼ ਕਰਦਾ ਕਿ ਉਹਨਾਂ ਬੱਚਿਆਂ ਦੇ ਜਿਹੜੇ ਸਰਟੀਫਿਕੇਟ ਕਾਲਜਾਂ ਯੂਨੀਵਰਸਿਟੀ ਵਾਲਿਆਂ ਨੂੰ ਦੇਣੇ ਚਾਹੀਦੇ ਨੇ। ਤਾਂ ਅੱਜ ਤੋਂ 3 ਸਾਲਾਂ ਤੋਂ ਤੁਸੀਂ ਚੁੱਪ ਬੈਠੇ ਹੋ, ਤੁਸੀਂ ਤਮਾਸ਼ਾ ਵੇਖਦੇ ਹੋ ਕਿ ਜਿਹੜੀਆਂ ਚੀਜ਼ਾਂ ਤੁਹਾਡੇ ਧਿਆਨ ਵਿੱਚ ਨੇ ਤੁਹਾਡਾ ਮੰਤਰੀ ਜਿਹੜਾ ਸ਼ਰੇਆਮ ਧਾਂਦਲੀਆਂ ਕਰ ਰਿਹਾ ਉਸ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ, ਉਹਨਾਂ ਦੇ ਖਿਲਾਫ਼ ਕੋਈ ਬੋਲਣਾ ਨਹੀਂ ਚਾਹੁੰਦੇ ਕਿ ਜਦੋਂ ਪਿਛਲੇ ਜਿਹੜੇ
ਕਰਨ ਅਵਤਾਰ ਸਿੰਘ ਜੀ ਚੀਫ ਸੈਕਟਰੀ ਸੀ ਉਹਨਾਂ ਦੇ ਧਿਆਨ ਵਿੱਚ ਵੀ ਇਹ ਮਸਲਾ ਸੀ ਹੁਣ ਵਿਨੀ ਮਹਾਜਨ ਜੀ ਨੇ ਚੀਫ ਸੈਕਟਰੀ ਉਹਨਾਂ ਦੇ ਧਿਆਨ ਵਿੱਚ ਹੈ ਲੇਕਿਨ ਕੋਈ ਵੀ ਆਫੀਸਰ ਕੁਛ ਵੀ ਬੋਲਣ ਨੂੰ ਤਿਆਰ ਨਹੀਂ ਜਿਸ ਵਧੀਆ ਇਨਸਾਨ ਨੇ IAS ਆਫੀਸਰ ਨੇ ਇਹ ਜਾਂ ਸਕੈਮ ਬਾਹਰ ਲੈ ਕੇ ਆਉਂਦਾ ਉਹਨੂੰ ਸ਼ਾਬਾਸ਼ ਦੇਣ ਦੀ ਬਜਾਏ ਉਹਦੇ ਉੱਤੇ ਤੋਹਮਤਾਂ ਲਾਈਆਂ ਜਾਂਦੀਆਂ ਨੇ ਉਹਨਾਂ ਨੇ ਦੱਸੋ ਕਿਹੜੇ ਆਪਣੇ ਬੱਚੇ ਨੂੰ ਨੌਕਰੀ ਲਵਾਉਣੀ ਹੈ ਕਿਹੜੀ ਆਪਣੀ ਵਾਈਫ ਦੀ ਟਰਾਂਸਫਰ ਕਰਾਉਣੀ ਹੈ ਕਿਉਂਕਿ ਜਿਹੜਾ ਬੰਦਾ ਇਮਾਨਦਾਰੀ ਨਾਲ ਕੰਮ ਕਰਦਾ ਉਹਦੇ ਉੱਤੇ ਇਸ ਤਰ੍ਹਾਂ ਦੇ ਗੰਭੀਰ ਜਿਹੜੇ ਇਲਜ਼ਾਮ ਲਾਉਂਦੇ ਨੇ ਜਿਹੜੇ ਨਿਰਾਧਾਰ ਨੇ ਉਹ ਇਮਾਨਦਾਰ ਅਤੇ ਨੇਕ ਅਤੇ ਸ਼ਰੀਫ ਇਨਸਾਨ ਹੈ ਉਹਨੇ ਗਰੀਬ ਬੱਚਿਆਂ ਦੇ ਲਈ ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਕੈਂਟ ਸਾਹਿਬ ਧਰਮਸੋਤ ਸਾਹਿਬ ਇਹ ਗੱਲ ਕਹਿੰਦੇ ਨੇ ਕਿ ਜਾਂਚ ਕਰਵਾ ਲਓ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਊ ਉਹ ਕਿਹੜੇ ਹਿਸਾਬ ਨਾਲ ਕਹਿੰਦੇ ਨੇ ਫਿਰ ਤੱਥਾਂ ਤੋਂ ਜਾਂਚ ਕਰਾਉਂਦੇ ਨੇ ਜਾਂਚ ਕਰਾਉਣ ਤੋਂ ਪਹਿਲਾਂ ਇਹਨਾਂ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਅਗਰ ਇਹ ਸਹੀ ਹੋਣਗੇ ਦੁੱਧ ਧੋਤੇ ਹੋਣਗੇ ਕੈਪਟਨ ਅਮਰਿੰਦਰ ਸਿੰਘ ਜੀ ਦੁਆਰੋਂ ਇਹਨਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰ ਲੈਣਗੇ ਅਗਰ ਇੰਨੇ ਇਹ ਕਹਿੰਦੇ ਵੀ ਇਹਨਾਂ ਨੂੰ ਆਪਣੇ ਆਪ 'ਤੇ ਕੌਨਫੀਡੈਂਸ ਹੈ ਤਾਂ ਇਹ ਪਹਿਲਾਂ ਰਿਜ਼ਾਈਨ ਕਰ ਦੇਣ ਪਹਿਲੇ ਇਹ ਰਵਾਇਤ ਰਹੀ ਹੈ ਇਸ ਰਵਾਇਤ ਨੂੰ ਇਹ ਕਾਇਮ ਕਰ ਲੈਣ ਪਹਿਲਾਂ ਰਿਜ਼ਾਈਨ ਕਰ ਲੈਣ ਫਿਰ ਇਹ ਇਨਕੁਆਇਰੀ ਨੂੰ ਫੇਸ ਕਰਨ ਜੇ ਰਿਜ਼ਾਈਨ ਨਹੀਂ ਹੁੰਦਾ ਜਾਂ ਇਸ ਮਾਮਲੇ ਦੇ ਵਿੱਚ ਧਰਮਸੋਤ ਸਾਹਿਬ ਜੇ ਦੋਸ਼ੀ ਕਰਾਰ ਦਿੱਤੇ ਜਾਂ ਨਹੀਂ ਕਰਾਰ ਦਿੱਤੇ ਜਾਂਦੇ ਤੁਹਾਡਾ ਕੀ ਐਕਸ਼ਨ ਹੋਏਗਾ ਅਸੀਂ ਦੇਖੋ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਪਹਿਲਾਂ ਵੀ ਬਹੁਤ ਵਾਰ ਪੱਤਰ ਵੀ ਲਿਖਿਆ ਔਰ ਕਿਹਾ ਵੀ ਹੈ ਮੀਡੀਆ ਦੇ ਵਿੱਚ ਵੀ ਕਹਿੰਦੇ ਕਿ ਇਸ ਜਿਹੜਾ ਸਕੈਮ ਹੈ ਇਹਦੀ CBI ਜਾਂਚ ਹੋਣੀ ਚਾਹੀਦੀ ਹੈ CBI ਜਾਂਚ ਜਦੋਂ ਸਾਡੇ ਲਾਗਲੇ ਸੂਬੇ ਨੇ ਹਿਮਾਚਲ ਪ੍ਰਦੇਸ਼ ਨੇ CBI ਨੂੰ ਕੇਸ ਰੈਫਰ ਕਰ ਦਿੱਤਾ ਆਪਣਾ ਹਰਿਆਣਾ ਨੇ ਕਰ ਦਿੱਤਾ ਉੱਤਰ ਪ੍ਰਦੇਸ਼ ਨੇ ਕਰ ਦਿੱਤਾ ਤਾਂ ਪੰਜਾਬ ਦੇ ਵਿੱਚ ਕਿਉਂ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਪੋਲੀਟੀਸ਼ਨਾਂ ਦੇ ਜਿਹੜੀ ਜਾਂ ਤਾਂ ਉਹਨਾਂ ਦੇ ਆਪਣੇ ਕਾਲਜਿਸ ਯੂਨੀਵਰਸਿਟੀਆਂ ਨੇ ਜਾਂ ਉਹਨਾਂ ਦੀ ਹਿੱਸੇਦਾਰੀ ਹੈ ਤਾਂ ਇਸ ਕਰਕੇ ਇਹ ਕੇਸ ਜਿਹੜਾ CBI ਨੂੰ ਰੈਫਰ ਨਹੀਂ ਕਰ ਰਹੇ ਕਿਉਂਕਿ ਇਹਨਾਂ ਦੀ ਜਿਹੜੀ ਨੀਅਤ ਹੈ ਉਹ ਨੀਅਤ ਵਿੱਚ ਖੋਟ ਹੈ ਕੈਪਟਨ ਅਮਰਿੰਦਰ ਸਿੰਘ ਦੀ ਔਰ ਜਿਸ ਤਰੀਕੇ ਦੇ ਨਾਲ ਇਸ ਨੂੰ ਦਬਾਉਣ ਦੀ ਕੋਸ਼ਿਸ਼ ਹੋ ਰਹੀ ਹੈ ਔਰ ਜਿਹੜੇ ਬੰਦੇ ਨੇ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਹੋ ਰਹੀ ਹੈ ਔਰ ਨੈਸ਼ਨਲ ਸ਼ੈਡਿਊਲ ਕਾਸਟ ਅਲਾਇੰਸ ਹੈ ਜਿਹੜਾ ਇਸ ਦਾ ਪੁਰਜ਼ੋਰ ਵਿਰੋਧ ਕਰਦਾ ਔਰ ਅਸੀਂ ਲੋਕਾਂ ਨੂੰ ਇਸ ਗੱਲ ਦੇ ਲਈ ਆਹਵਾਨ ਕਰ ਰਹੇ ਹਾਂ ਕਿ ਲੋਕਾਂ ਨੂੰ ਕਹਿ ਰਹੇ ਹਾਂ ਕਿ ਤੁਸੀਂ ਆਪਣੇ ਘਰਾਂ ਦੇ ਉੱਤੇ ਕਾਲੇ ਝੰਡੇ ਲਹਿਰਾਓ ਕਿ ਇਹਨਾਂ ਦਾ ਜਿਹੜਾ ਰੋਸ ਦਾ ਪ੍ਰਗਟਾਵਾ ਕਰੋ ਕਿ ਤੁਹਾਡੇ ਬੱਚਿਆਂ ਦੇ ਜਿਹੜੇ ਪੈਸੇ ਨੇ ਉਹਨਾਂ ਨੂੰ ਇਹਨਾਂ ਨੇ ਜਿਸ ਤਰੀਕੇ ਨਾਲ ਖੁਰਦਬੀਨ ਕੀਤਾ ਹੇਰਾਫੇਰੀ ਕੀਤੀ ਹੈ ਉਸ ਦੀ ਜਾਂਚ ਹੋ ਕੇ ਇਹਨਾਂ ਨੂੰ ਜਿਹੜਾ ਜੇਲ੍ਹੀ ਡੱਕਿਆ ਜਾਣਾ ਚਾਹੀਦਾ ਔਰ ਜਿਨ੍ਹਾਂ ਕਾਲਜਿਸ ਯੂਨੀਵਰਸਿਟੀਆਂ ਨੂੰ ਉਹ ਪੈਸਾ ਡਬਲ ਵਾਰ ਜਾਰੀ ਕੀਤਾ ਗਿਆ ਉਹਨਾਂ ਦੇ ਖਿਲਾਫ਼ ਤੁਰੰਤ FIR ਦਰਜ ਹੋਣੀ ਚਾਹੀਦੀ ਹੈ ਸ਼ੁਕਰੀਆ ਕੈਂਟ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਸੋ ਸਾਡੇ ਨਾਲ ਮੌਜੂਦ ਸਨ ਨੈਸ਼ਨਲ ਸ਼ਡਿਊਲ ਕਾਸਟ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਤ ਜਿਨ੍ਹਾਂ ਨੇ ਬੜੀ ਖੁੱਲ੍ਹ ਕੇ ਦੱਸਿਆ ਕਿ ਜੇਕਰ ਮੰਤਰੀ ਸਾਹਿਬ 'ਤੇ ਕਾਰਵਾਈ ਨਹੀਂ ਹੁੰਦੀ ਤਾਂ ਉਹਨਾਂ ਦਾ ਅਗਲਾ ਐਕਸ਼ਨ ਕੀ ਹੋਏਗਾ ਸਰਕਾਰ ਨੂੰ ਵਾਰ ਵਾਰ ਇਹੀ ਗੱਲ ਕਹਿ ਰਹੇ ਨੇ ਕਿ ਤੱਥਾਂ ਦੇ ਆਧਾਰ 'ਤੇ ਜਿਹੜੀ CBI ਜਾਂਚ ਹੋਣੀ ਚਾਹੀਦੀ ਹੈ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਇਹ ਵੀ ਕਹਿੰਦੇ ਨੇ ਹੋ ਜਾਣਾ ਚਾਹੀਦਾ ਧਰਮਸੋਤ ਵੀ ਕਹਿੰਦੇ ਨੇ ਅਗਲੇ ਸਮੇਂ ਦੇ ਵਿੱਚ ਇਸ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਅਸੀਂ ਉਹ ਵੀ ਤੁਹਾਡੇ ਰੂਬਰੂ ਕਰਾਂਗੇ ਲੋਕਰਾਂ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਮੈਨੂੰ ਸੁਖਵਿੰਦਰ ਸਿੰਘ ਨੂੰ ਇਜਾਜ਼ਤ ਦਿਓ ਧੰਨਵਾਦ